ਵਿਜੀਲੈਂਸ ਵਿਭਾਗ ਪੰਜਾਬ ਰੋਡਵੇਜ਼ ਮੁਕਤਸਰ ਡੀਪੂ ਬਤੌਰ ਕੰਡਕਟਰ ਭਰਤੀ ਤੇ ਆਰਜ਼ੀ ਤੌਰ ਤੇ ਡਿਊਟੀ ਅਧਿਕਾਰੀ ਦੇ ਤਾਇਨਾਤ ਪ੍ਰੀਤ ਜਤਿੰਦਰ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਮੁਲਾਜ਼ਮ ਦੇ ਦੋਸ਼ ਨੇ ਕਿ ਉਹ ਠੇਕੇ ਤੇ ਕੰਮ ਕਰਨ ਵਾਲੇ ਡਰਾਈਵਰਾਂ ਤੇ ਕੰਡਕਟਰਾਂ ਦਾ ਰੂਟ ਨਾ ਬਦਲਣ ਦੇ ਏਵਸ 'ਚ ਰਿਸ਼ਵਤ ਮੰਗਦਾ। ਉਹ ਬੰਦੇ ਨੇ ਇੱਕ ਮਹੀਨਾ 15 ਦਿਨ ਤਾਂ ਇੱਧਰ ਉੱਧਰ ਸਾਰਾ ਸਿਸਟਮ ਸੰਭਾਲਿਆ ਵੇਖਿਆ ਜੀ, ਮੁੜ ਕੇ ਉਹਨੇ ਕੀ ਕੀਤਾ ਜੀ, ਸਾਰੇ ਬੰਦਿਆਂ ਨੂੰ ਤੰਗ ਕਰਨ ਲਾ ਤਾ, ਨਜਾਇਜ਼ ਡਿਊਟੀਆਂ ਕਰਨ ਲਾ ਦੀਆਂ, ਨਜਾਇਜ਼ ਉਹਨਾਂ ਨੂੰ ਜੇ ਮੰਨ ਲਓ ਘਰੇ ਜਾਣਾ ਅੱਜ ਬੰਦ ਆ ਤੁਹਾਨੂੰ ਜਾ ਕੇ ਨਹੀਂ ਤੂੰ ਇੱਧਰ ਜਾ ਤੂੰ ਐਂ ਜਗਾਰ ਹੋ ਗਿਆ। ਉਹ ਅਗਲੇ ਕਹਿੰਦੇ ਵੀ ਦੱਸ ਵੀ, ਉਹ ਕਹਿੰਦਾ ਜੇ ਕੰਮ ਕਰਨਾ ਤਾਂ ਇੰਨੇ ਪੈਸੇ ਲੱਗਣਗੇ, ਡਾਇਰੈਕਟ ਹੀ ਮੰਗਣ ਲੱਗ ਗਿਆ ਜੀ। ਅੱਛਾ ਜੀ, ਲੋਕ ਤੰਗ ਦੁਖੀ ਦੁਖੀ ਤਾਂ ਹੁੰਦਾ ਹੀ ਆ ਬੰਦਾ ਜੀ, ਉਹ ਕੋਈ ਕਿਵੇਂ ਦੇਣ ਲੱਗ ਗਿਆ ਕੋਈ ਕਿਵੇਂ ਦੇਣ ਲੱਗ ਗਿਆ। ਸਾਨੂੰ ਕਹਿੰਦੇ ਜੀ ਜੇ ਤੁਸੀਂ ਏ ਸੀ ਬੱਸ 'ਤੇ ਚੱਲਣਾ, ਪਹਿਲਾਂ ਤਾਂ ਇਹਨਾਂ ਨੇ ਬੋਰੋਂ ਬੰਦ ਕਰਤੀ ਜੀ, ਅਸੀਂ ਕਿਹਾ ਜੀ ਬੋਰੋਂ ਕਿਉਂ ਬੰਦ ਕੀਤੀ ਹੈ, ਆਖਿਆ ਜੀ ਥੋੜੀਆਂ ਸਵਾਰੀਆਂ ਘੱਟ ਹੁੰਦੀਆਂ। ਮੈਂ ਕਿਹਾ ਸਵਾਰੀਆਂ 3 ਸਾਲ ਪਹਿਲਾਂ ਚਰਜੀ ਬਰਾੜ ਸੀਗੇ, ਉਦੋਂ ਸਵਾਰੀ ਨਹੀਂ ਹੁੰਦੀ, ਉਦੋਂ ਵੀ ਸਵਾਰੀ ਤਾਂ ਉਦੋਂ ਉਵੇਂ ਹੀ ਚੱਲਦੀ ਹੈ, ਹੁਣ ਵੀ ਚੱਲਦੀ, ਹੁਣ ਕਿਉਂ ਬੰਦ ਕੀਤੀ ਹੈ। ਇਹ ਪਹਿਲਾਂ ਤਾਂ ਕਹਿੰਦੇ ਜੀ ਐਂ ਕਰ ਦਾਂਗੇ ਵੀ ਹੋਰ ਚਲਾ ਦਾਂਗੇ, 5000 ਰੁਪਈਆ ਲੱਗੂਗਾ ਜੀ। ਮੈਂ ਯਾਰ 5000 ਰੁਪਈਆ ਕਿੱਥੋਂ ਲਿਆ ਕੇ ਦਈਏ ਜੀ, ਜੇ ਤੁਸੀਂ ਕੀ ਨਾਮ ਉਹਦਾ ਡਿਊਟੀ ਕਰਨੀ ਹੈ, ਨਹੀਂ ਤਾਂ ਇੱਧਰ ਜਾਓ ਜਾਂ ਉੱਧਰ ਜਾਓ, ਜੇ ਡਿਊਟੀ ਕਰਨੀ ਸਾਨੂੰ 5000 ਰੁਪਈਆ ਲੱਗੂਗਾ, ਤੁਹਾਡੇ ਨਾਲ ਦੇ ਬੰਦੇ 5000 ਦਿੰਦੇ ਆ। ਮੈਂ ਕਿਹਾ ਯਾਰ ਪੈਸੇ ਨਹੀਂ ਹੈਗੇ 5000, 10000 'ਚ ਅਸੀਂ ਆਪਦੇ ਜਵਾਕ ਪਾਲੀਏ ਕਿ 5000 ਤੁਹਾਨੂੰ ਦੇਈਏ, ਅਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਮੈਂ ਯਾਰ ਪ੍ਰੀਤ ਸਾਡੀ 10000 ਤਨਖਾਹ ਦੇ ਵਿੱਚੋਂ 5000 ਤੈਨੂੰ ਦੇ ਗਏ ਯਾਰ, ਤੂੰ ਆਪ ਹੀ ਸਾਲ ਵਾਲਾ, ਇੱਕ 3000 ਰੁਪਈਆ ਤਾਂ 3300 ਕਿਲੋ ਦੁੱਧ ਵੀ ਲਈਏ ਤਾਂ ਉਹਦਾ ਬਿੱਲ ਆ, ਬਾਕੀ ਤੇਰੀ ਮਰਜ਼ੀ ਹੈ। ਅਤੇ ਕਹਿੰਦਾ ਫਿਰ ਚਲੋ ਐਂ ਕਰਦੇ ਹੋ, ਆਪਾਂ ਖਾ ਪੀ ਲਿਆ, ਤੁਸੀਂ ਸਾਡੇ ਭਰਾ ਹੋ, ਚੱਲ 3500 ਰੁਪਈਆ ਦੇ ਦੇ। ਮੈਂ ਭਰਾਵਾਂ ਵਾਲੀ ਗੱਲ ਐਂ ਤਾਂ ਨਹੀਂ ਨਾ 3500 ਮੰਗ, ਜੇ ਤੂੰ ਭਰਾ ਕਹਿੰਦਾ ਤਾਂ ਫਿਰ ਮੰਗਣਾ ਠੀਕ ਆ, ਪਰ ਚੱਲ ਕੋਈ ਨਹੀਂ ਵੀਰੇ ਤੈਨੂੰ 3500 ਦੇਵਾਂ, ਆਪਾਂ ਧਾਰ ਲਿਆ ਜੀ ਉੱਦਣ ਤੋਂ ਹੀ, ਆਪਾਂ ਜ਼ਿਆਦਾ ਮਿਕਸ ਮੁਕਸਰ ਦੀ ਪੂਰੀ ਸੈੱਟ ਕਰ ਦਿਆਂਗੇ ਅਤੇ ਜਾਂ ਫਿਰ ਆਪਦੀ ਨੌਕਰੀ ਛੱਡ ਦਿਆਂਗੇ। ਕੰਮ ਕਰਨ ਵਾਲੇ ਜਤਿੰਦਰਪਾਲ ਸਿੰਘ ਤੇ ਉਸ ਦੇ ਸਾਥੀ ਅਵਤਾਰ ਸਿੰਘ ਨੇ ਪ੍ਰੀਤ ਜਤਿੰਦਰ ਨੂੰ ਸਬਕ ਸਿਖਾਉਣ ਦੀ ਸੋਚੀ ਤੇ ਵਿਜੀਲੈਂਸ ਵਿਭਾਗ ਨੂੰ ਉਸ ਦੀ ਸ਼ਿਕਾਇਤ ਕਰ ਦਿੱਤੀ, ਜਿਸ ਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। 3500 ਰੁਪਏ ਰਿਸ਼ਵਤ ਲੈਂਦੇ ਨੂੰ ਜਿਹੜਾ ਡਿਊਟੀ ਕਲਰਕ ਪ੍ਰੀਤ ਜਤਿੰਦਰਪਾਲ ਸਿੰਘ ਨੂੰ, ਸ਼ੈਡੋ ਗਵਾਹ ਅਵਤਾਰ ਸਿੰਘ ਕੰਡਕਟਰ ਹੈ ਜਿਹੜਾ ਪੰਜਾਬ ਰੋਡ ਵਿੱਚ, ਤੇ ਸਰਕਾਰੀ ਗਵਾਹ ਸੁਖਵਿੰਦਰ ਸਿੰਘ SDO ਡਰੇਨਸ ਗਿੱਦੜਵਾ ਤੇ ਇਕਬਾਲ ਸਿੰਘ SDO ਪੰਚਾਇਤੀ ਰਾਜ ਮੁਕਤਸਰ ਦੀ ਹਾਜ਼ਰੀ ਦੇ ਵਿੱਚ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ।